ਹਾਂਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਦੇ ਉੱਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਸਪਾਊਸਲ ਓਪਨ ਪਰਮਿਟ ਦੀ ਜਿਵੇਂ ਕਿ ਤੁਹਾਨੂੰ ਪਤਾ ਹੈ ਨਾ ਕਾਫੀ ਟਾਈਮ ਤੋਂ ਜਿਹੜੇ ਰਿਜ਼ਲਟ ਨੇ ਉਹ ਡਿਲੇ ਹੋ ਰਹੇ ਨੇਗੇ ਰਿਜ਼ਲਟ ਕਾਫੀ ਲੇਟ-ਲੇਟ ਫਾਈਲਾਂ ਦੇ ਆ ਰਹੇ ਨੇ ਜਿਸ ਕਰਕੇ ਜਿਹੜਾ ਸਪਾਊਸ ਦਾ ਸਟੇਟਸ ਹੈ ਜਿਹੜਾ ਚੇਂਜ ਹੋ ਰਿਹਾ ਹੈਗਾ ਜਿਵੇਂ ਕਿ ਸਟੱਡੀ ਪਰਮਿਟ ਤੇ ਹੈਗਾ ਜੇਕਰ ਤੁਹਾਡਾ ਸਪਾਊਸ ਕੈਨੇਡਾ ਤੇ ਇਸ ਤੋਂ ਬਾਅਦ ਹੈ ਜਿਹੜਾ ਉਹ ਪਰਮਿਟ ਦੇ ਉੱਤੇ ਹੋ ਰਿਹਾ ਹੈ ਜਿਸ ਕਰਕੇ ਬਹੁਤ ਸਾਰੇ ਡਾਕੂਮੈਂਟ ਦੇ ਵਿੱਚ ਚੇਂजेस ਕਰਨੇ ਪੈਂਦੇ ਨੇ ਆਪਾਂ ਨੂੰਗੇ ਤਾਂ ਮੈਂ ਤੁਹਾਨੂੰ ਕਹੂੰਗਾ ਕਿ ਕਿ ਡਾਕੂਮੈਂਟ ਉਹਨਾਂ ਨੇ ਜਿਹੜੇ ਮੰਗੇ ਨੇਗੇ ਜੋ ਕਿ ਉਹਨਾਂ ਦੇ ਵਰਕ ਪਰਮਿਟ ਦੇ ਰਿਲੇਟਡ ਹਨਗੇ ਤਾਂ ਸਾਨੂੰ ਕਹੂੰਗਾ ਵੀਡੀਓ ਦੀ ਸ਼ੁਰੂਤ ਲੈ ਕੇ ਆਣ ਤੱਕ ਜੁਰਦ ਦੇਖੋ ਵੀਡੀਓ ਸਟੇ ਇਨਫੋਰਮੇਟਿਵ ਹੋਊਗੀ ਤੇ ਵੀਡੀਓ ਹੁਣ ਆਪਾਂ ਸ਼ੁਰੂ ਕਰਦੇ ਆਂ ਹਾਂ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦੇਵਾਂ ਕਿ ਜਿਹੜੀ ਐਮਬੈਸੀ ਆ ਨਾ ਜਦੋਂ ਸਪਾਊਸ ਦਾ ਸਟੇਟਸ ਚੇਂਜ ਹੁੰਦਾ ਜੇਕਰ ਆਪਾਂ ਡਾਕੂਮੈਂਟ ਅਪਡੇਟ ਨਹੀਂ ਕਰਦੇ ਹੈਗੇ ਤਾਂ ਆਪਾਂ ਨੂੰ ਜਿਹੜੀ ਹੈਗਾ ਰਿਕੁਐਸਟ ਕਰ ਸਕਦੇ ਨੇ ਹਨਾ ਕਿ ਆਹਾਂ ਡਾਕੂਮੈਂਟ ਜਿਹੜੇ ਸੰਚਾਈਂ ਦੇਣਗੇ ਫਰਦਰ ਅਸੀਂ ਤੁਹਾਡਾ ਡਿਸੀਜਨ ਹੈ ਜਿਹੜਾ ਲਵਾਂਗੇ ਹਨਾ ਜੇਕਰ ਤੁਸੀਂ ਉਹ ਡਾਕੂਮੈਂਟ ਸਹੀ ਤਾਂ ਉਸ ਨੂੰ ਰਿਫਿਊਜ਼ਲ ਵੀ ਆ ਸਕਦੀ ਹੈ 100% ਲਗਭਗ ਰਿਫਿਊਜ਼ਲ ਹੀ ਆਉਂਦੀ ਹੈਗੀ ਤੇ ਸਭ ਤੋਂ ਪਹਿਲਾਂ ਉਸ ਨੂੰ ਦੱਸ ਦੇਵਾਂ ਕਿ ਜਿਹੜੇ ਜਿਹੜੇ ਨੂੰ ਰਿਕੁਐਸਟ ਆਉਂਦੀ ਹੈਗੀ ਉਹਨਾਂ ਦਾ ਬਹੁਤ ਪੋਜ਼ਿਟਿਵ ਸਾਈਨ ਹੁੰਦਾ ਹੈਗਾ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਵੀਜ਼ਾ ਮਿਲਣ ਦੇ ਚਾਂਸਸ ਪੂਰੇ ਹੁੰਦੇ ਆ ਲਗਭਗ 99% ਸ਼ੋਰ ਹੋ ਜਾਂਦਾ ਕਿ ਉਹਨੂੰ ਜਿਹੜਾ ਵੀਜ਼ਾ ਹੀ ਮਿਲੇਗਾ ਜੇਕਰ ਉਹਨਾਂ ਦੇ ਡਾਕੂਮੈਂਟ ਨੇੜੇ ਬਿਲਕੁਲ ਪ੍ਰੋਪਰ ਤੇ ਸਹੀ ਨੇਗੇ ਤੇ ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਕਿ ਜਿਹੜੇ ਰਿਕੁਐਸਟ ਆਉਂਦੀ ਹੈਗੀ ਦੇਖੋ ਉਸ ਨੂੰ ਰਿਕੁਐਸਟ ਲੈਟਰ ਦਿਖਾ ਦਿੰਨਾ ਜੋ ਕਿ ਪਿਛੇ ਜਾਈਏ ਜੁ ਸੋ ਨੰਬਰ ਲੈਟਰ ਜਿਹੜਾ ਉਹਨਾਂ ਨੇ ਲੈਣਾ ਆਪਣੇ ਸਪਾਊਸ ਤੋਂ ਜਿਹੜਾ ਕੈਨੇਡਾ ਦੇ ਵਿੱਚ ਰਹਿ ਰਿਹਾ ਹੈਗਾ ਨਾ ਇਨਕਲੂਡਿੰਗ ਉਹ ਜਿਹੜੀ ਉਹਨਾਂ ਦੇ ਜੋਬ ਦੀ ਡਿਊਟੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਜਿਵੇਂ ਕਿਸੇ ਨੂੰ ਪਤਾ ਜੋਬ ਲੈਟਰ ਚਾਹੀਦਾ ਹੁੰਦਾ ਉਸ ਤਰ੍ਹਾਂ ਹੀ ਆਪਾਂ ਨੂੰ ਸਾਰੀਆਂ ਜਿਹੜੀਆਂ ਉਹਨਾਂ ਦਾ ਨੌਕ ਕੋਡ ਉਹਨਾਂ ਦੀ ਡਿਊਟੀਆਂ ਕਿੰਨੇ ਤੋਂ ਉਹ ਕੰਮ ਕਰ ਰਹੇ ਨੇ ਨਾ ਕਿਉਂ ਤੁਸੀਂ ਉਹਨਾਂ ਨੂੰ ਹਾਇਰ ਕੀਤਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਕਿ ਕਿਸ ਐਕਸਪੀਰੀਅੰਸ ਦੇ ਬਿਹਾਵ ਦੇ ਉੱਤੇ ਉਹਨਾਂ ਨੂੰ ਉਹ ਜੋਬ ਮਿਲੀ ਹੈ ਸੁਪਰਵਾਈਜ਼ਰ ਦੀ ਲਾਲੋ ਜਾਂ ਫਿਰ ਨੌਕ ਬੀ ਲੈਵਲ ਦੀ ਉਸ ਨੂੰ ਉਹਨਾਂ ਨੇ ਜਿਹੜਾ ਸਬਮਿਟ ਕਰਨਾ ਹੁੰਦਾਗਾ ਇਸ ਤੋਂ ਬਾਅਦ ਜ ਅਪਡੇਟ ਕਰਨ ਨੂੰ ਉਹਨਾਂ ਨੂੰ ਗਿਆਗਾ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਬੈਂਕ ਦੀ ਸਟੇਟਮੈਂਟ ਜਿਹੜੀ ਚਾਹੀਦੀ ਹੈ ਸੈਲਰੀ ਡਿਪੋਜ਼ਿਟ ਹੁੰਦੀ ਹੈ ਨਾ ਉਸ ਉਸ ਦੀ ਜਿਹੜੇ ਪੇ ਸਟੱਫ ਸਟੇਟਮੈਂਟ ਦਿੱਤੀਆਂ ਨੇ ਗਿਆ ਉਹਦੀਆਂ ਪ੍ਰੂਫ ਚਾਹੀਦਾ ਉਹਨਾਂ ਨੂੰ ਵੀ ਉਹਨਾਂ ਦੇ ਅਕਾਊਂਟ ਦੇ ਵਿੱਚ ਜਿਹੜੀਆਂ ਡਿਪੋਜ਼ਿਟ ਹੋਈਆਂ ਨੇਗੀਆਂ ਨਾ ਇਹ ਸਾਰੀਆਂ ਚੀਜ਼ਾਂ ਹੀ ਉਹਨਾਂ ਤੋਂ ਜਿਹੜੇ ਮੰਗੇ ਕਿ ਉਹਨਾਂ ਨੂੰ ਟਾਈਮ ਦਿੱਤਾ ਗਿਆ ਦਿਸਟ ਮਾਸਟਰ ਵੀ ਰੀਸੀਵਡ ਐਟ ਦ ਆਫਿਸ 2021 11 24 ਠੀਕ ਹੈ ਇਸ ਤੋਂ ਬਾਅਦ ਉਹਨੇ ਲਾਸਟ ਦੇ ਵਿੱਚ ਦੇ ਸਕਦੇ ਹਾਂ ਉਹਨੇ ਕਿਹਾ ਗਿਆ ਕਿ 15 ਦਿਨਾਂ ਦੇ ਵਿੱਚ ਵਿੱਚ ਜਿਹੜੇ ਤੁਸੀਂ ਇਹ ਡਾਕੂਮੈਂਟ ਨੇੜੇ ਐਮਬੈਸੀ ਨੂੰ ਸਬਮਿਟ ਕਰਨੇ ਜ ਵਿਜ਼ਲ ਵੀ ਆ ਸਕਦੀ ਹੈ ਤਾਂ ਤੁਸੀਂ ਇਹ ਚੀਜ਼ ਦੇਖ ਸਕਦੇ ਹੋਗੇ ਨਾ ਜਦੋਂ ਵਰਕ ਪਰਮਿਟ ਤੇ ਹੋ ਜਾਂਦੇ ਨੇ ਕਿ ਤਾਂ ਆਪਾਂ ਨੂੰ ਬੋਲਦਾ ਨੌਕ ਲੈਵਲ ਦੀ ਜੌਬ ਵੀ ਜ਼ਰੂਰ ਚਾਹੀਦੀ ਹੁੰਦੀ ਹੈ ਤੇ ਇਸ ਵਾਰ ਆਪਾਂ ਸਮਝ ਸਕਦੇ ਹਾਂ ਕਿ ਪੇ ਸਟੱਫਸ ਵੀ ਉਸ ਦੀਆਂ ਲੱਗਦੀਆਂ ਨੇ ਗਿਆ ਨਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਕਹਾਂਗਾ ਜਦੋਂ ਵੀ ਕਿਸੇ ਦੀ ਉਦਰਸ ਪਾਉਸ ਹੈ ਜਿਹੜਾ ਅਪਲਾਈਡ ਸਟੇਟਸ ਤੇ ਵੀ ਹੁੰਦਾ ਨਾ ਤਾਂ ਵੀ ਤੁਹਾਨੂੰ ਕੁਝ ਡਾਕੂਮੈਂਟ ਜਿਹੜੇ ਅਪਡੇਟ ਕਰਨ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਤੁਸੀਂ ਸਭ ਤੋਂ ਪਹਿਲਾਂ ਅਪਲਾਈਡ ਸਟੇਟਸ ਆਪ ਦਾ ਜਿਹੜਾ ਵੀ ਤੁਹਾਨੂੰ ਅਪਲਾਈ ਜਿਹੜਾ ਲੈਟਰ ਹੁੰਦਾ ਉਹ ਤੁਸੀਂ ਕਰ ਸਕਦੇ ਹੋ ਤੁਸੀਂ ਜੌਬ ਲੈਟਰ ਜਿਹੜਾ ਅਪਡੇਟ ਕਰ ਸਕਦੇ ਹੋ ਨ ਰਿਕਵੈਸਟ ਤੋਂ ਬਾਅਦ ਜੱਜ ਤੋਂ ਤੁਹਾਡੇ ਲਈ ਵੀ ਰੀਸੀਵ ਹੋ ਜਾਣ ਤਿੰਨ ਪੇਪਰਸ ਉਹਦੋਂ ਤੁਸੀਂ ਜਿਹੜਾ ਅਪਡੇਟ ਕਰ ਸਕਦੇ ਹੋਗੇ ਤੇ ਕੰਪਲੀਸ਼ਨ ਲੈਟਰ ਹੋ ਗਿਆ ਤੁਹਾਡਾ ਜਿਹੜਾ ਕੰਪਲੀਸ਼ਨ ਲੈਟਰ ਹੈਗਾ ਜਿਹੜਾ ਕਾਲਜ ਵੱਲੋਂ ਦਿੱਤਾ ਜਾਂਦਾ ਤੇ ਟਰਾਂਸਕ੍ਰਿਪਟਸ ਹੋ ਗਈਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਅੰਬੈਸਡਰ ਨੂੰ ਪ੍ਰੋਵਾਈਡ ਕਰਨੀਆਂ ਨੇ ਜਿਸ ਨਾਲ ਹੋ ਸਕਦਾ ਹੈ ਕਿ ਥੋੜਾ ਟਾਈਮ ਦਾ ਟਾਈਮ ਦੇ ਦੇਣ ਤੁਹਾਨੂੰ ਤੇ ਹੋਰ ਜਿਹੜੇ ਫਰਦਰ ਉਹਨਾਂ ਡਾਕੂਮੈਂਟ ਹੁੰਦੇ ਨੇ ਉਸ ਤੋਂ ਡਾਕੂਮੈਂਟ ਦੀ ਰਿਕਵੈਸਟ ਕਰ ਲੈਣ ਤੇ ਤੁਹਾਨੂੰ ਕਹੂੰਗਾ ਜਿਨ੍ਹਾਂ ਨੂੰ ਵੀ ਮੈਡੀਕਲ ਰਿਕਵੈਸਟ ਆ ਰਹੀ ਹੈ ਜਾਂ ਜਿਨ੍ਹਾਂ ਨੂੰ ਡਾਕੂਮੈਂਟ ਰਿਕਵੈਸਟ ਆ ਰਹੀ ਹੈ ਉਹਨਾਂ ਦੇ ਰਿਜ਼ਲਟ ਦੇਖੋਗੇ ਤੁਸੀਂ ਕਿ ਡੇਲੀ ਦੇ ਡੇਲੀ ਜਿਹੜੇ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ ਇਸ ਟਾਈਮ ਦੇ ਉੱਤੇ ਜਿਹੜੀ ਐਮਬੈਸੀ ਉਹ ਵਰਕ ਕਰਨਾ ਵੀ ਜਿਹੜਾ ਉਹਨੇ ਸ਼ੁਰੂ ਕੀਤਾਗਾ ਥੋੜਾ ਬਹੁਤਾ ਜਿਹੜਾ ਕੰਮ ਹੈ ਜਿਹੜਾ ਹੁਣ ਪ੍ਰੋਸੈਸਿੰਗ ਹੈ ਜਿਹੜੀ ਐਮਬੈਸੀ ਚੱਲਣੀ ਸ਼ੁਰੂ ਹੋਈ ਹੈਗੀ ਡੇਲੀ ਡੇਲੀ ਇੱਕ ਦੋ ਰਿਜ਼ਲਟ ਜਿਹੜੇ ਹਰ ਰੋਜ਼ ਦੇਖਣ ਨੂੰ ਮਿਲਦੇ ਨੇਗੇ ਤੇ ਇੱਕ ਬਹੁਤ ਜਿਹੜਾ ਪੋਜ਼ਿਟਿਵ ਰਿਸਪੌਂਸ ਹੈਗਾ ਤਾਂ ਮੈਂ ਸੋਨੂੰ ਵੀ ਕਹੂੰਗਾ ਤੁਸੀਂ ਵੀ ਰੈਡੀ ਰਹੋ ਜੇਕਰ ਤੁਹਾਡੇ ਸਪਾਊਸ ਉਧਰ ਵਰਕ ਪਰਮਿਟ ਦੇ ਉੱਤੇ ਹੋ ਗਿਆ ਤਾਂ ਨੌਕ ਲੈਵਲ ਦੀ ਜੋਬ ਸਟ੍ਰੀਪ ਹੋਣੀ ਚਾਹੀਦੀ ਹੈ ਤੁਹਾਡੇ ਲਈ ਵਰਕ ਪਰਮਿਟ ਜਿਹੜਾ ਆਪਾਂ ਅਪ ਸਕੋ ਕਿਉਂਕਿ ਸਿਰਫ 15 ਦਿਨਾਂ ਦੇ ਟਾਈਮ ਦੇ ਵਿੱਚ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰਨਾਗਾ 15 ਦਿਨਾਂ ਬਾਅਦ ਜਿਹੜੀ ਤੁਹਾਨੂੰ ਰਿਫਿਊਜ਼ਲ ਦੇਖਣ ਨੂੰ ਮਿਲ ਜਾਂਦੀ ਹੈਗੀ ਤਾਂ ਆਦੀ ਵੀਡੀਓ ਸਟਰਾ ਇਹੀ ਸ਼ੇਅਰ ਕਰਨਾ ਸੀਗਾ ਜਿਗਰਸਨ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਮੈਂ ਅੱਗੇ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਲੈ ਕੇ ਆ ਸਕਾਂ ਓਕੇ ਜੀ ਥੈਂਕ ਯੂ